ਅਸਲਾਮ ਅਲੈਕੁਮ ਰਹਿਮਤੁਲਾਹ ਵਬਰਕਾਤ ਸਲਾਉ ਜਟੋ ਕੀ ਹਾਲ ਚਾਲ ਨੇ ਠੀਕ ਹੋ ਸਿਹਤ ਬੇਤਾ ਠੀਕ ਨੇ ਹਮੇ ਇਹਦਾ ਸਰਦੀ ਦੀ ਰੁਟੀਨ ਤੇਦ ਹੋ ਗਈ ਹੋਵੇ ਦੀ ਫਸਲਾਂ ਦੀ ਗਡਾਈ ਹੋ ਚੁੱਕੀ ਹੋਵੇ ਦੀ ਕੁਝ ਜਿਹੜ ਰਹਿ ਗਏ ਹੋਣ ਦੇ ਉਹ ਲੱਗੇ ਪਏ ਹੋਣ ਦੇ ਤੇ ਅਸੀਂ ਆਪ ਜਿਹੜੇ ਆ ਬਾਈ ਜੀ ਫੁੱਲ ਮਸਰੂਫ ਸੀ ਤੇ ਹੁਣ ਕੁਝ ਸ਼ਕੂਰ ਹੋਇਆ ਤੇ ਇਹ ਆਖਰੀ ਏਕੜ ਜਿੱਥੇ ਅੱਜ ਸਵੇਰੇ ਸਵੇਰੇ ਮੈਂ ਕਿਹਾ ਫੇਰਾ ਲਾਈਏ ਪਿਛਲੀ ਵਾਰੀ ਤੇ ਹੁਣ ਕਣਕ ਛੱਟੀ ਸੀ ਪਿੱਛੇ ਇਹਨੂੰ ਵਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮਜ਼ਾ ਨਹੀਂ ਬਣਿਆ ਫਿਰ ਇਹਦੇ ਵਿੱਚ ਕੀ ਕੀਤਾ ਸੀ ਛੱਟਾ ਹੀ ਮਾਰਿਆ ਹੁਣ ਦੁਬਾਰਾ ਬੀਜ ਦ ਤੇ ਹੁਣ ਜਿਹੜਾ ਅੱਲਾ ਖੈਰ ਰੱਖੇ ਤੇ ਸੂਈ ਮਰਦਾ ਹੁੰਦਾ ਤਕਰੀਬਨ 3-4 ਦਿਨ ਪਹਿਲਾਂ ਇਹਦੇ ਵਿੱਚ ਛੱਟਿਆ ਜਿਹੜੀ ਅ ਜੁਮਾੜਾ ਪਿੱਛੇ ਵਾਰੀ ਲੰਗੀ ਹੈ ਤੇ ਐਂਡ ਹੈ ਜੀ ਦੰਗੇ ਬਿਲਕੁਲ ਇਹ ਅੱਗੇ ਵੀ ਆਇਆ ਨੇ ਡੇਡ ਏਕੜ ਹੈ ਅਭੀ ਜਗਾ ਹੈ ਬੇ ਲੇਕਿਨ ਇਹਨਾਂ ਕੋਲ ਟਾਈਮ ਹੀ ਨਹੀਂ ਸੀ ਕਿ ਕਾਸ਼ਟ ਹੋ ਸਕੇ ਤੇ ਜਿੰਨਾ ਹੋ ਗਿਆ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਤੇ ਬਿਜ ਕਣਕ ਅਲਹਮਦੁਲਿਲਾ ਬੜੀ ਬਿਹਤਰੀਨ ਹੈ ਹੋ ਰਹੀ ਹੈ ਨਾਲੇ ਇਹ ਇੱਕ ਦੋ ਏਕੜ ਜਿਹੜੇ ਨੇ ਇਸੇ ਤਰ੍ਹਾਂ ਇਹਨੇ ਕਿ ਇੱਕ ਤਾਂ ਪਾਣੀ ਖਲਵਾ ਜਾਂਦੇ ਨੇ ਇਹਨਾਂ ਨੂੰ ਹੁਣ ਪਹਿਲਾਂ ਤੇ ਮੇਰੇ ਖਿਆਲ ਨਾਲ ਜਦੋਂ ਇਹ ਵਗਦੀ ਕੱਟ ਰਹੀ ਏ ਵਗੀ ਕੋਈ ਨਹੀਂ ਐ ਇਸ ਵਾਰੀ ਮੈਂ ਹੀ ਇਹਦੀ ਤੁੰਬ ਕੱਢੀ ਏ ਚੰਗੀ ਡਬਲ ਤਰਾ ਗੋਬਲਾਂ ਗੱਡੀਆਂ ਨੇ ਦੋ ਕਲਟੀਵੇਟਰ ਗੱਡੇ ਨੇ ਤੇ ਫਿਰ ਬੀਂ ਛਟਾਇਆ ਤੇ ਹੁਣ ਬੀ ਜਿਹੜਾ ਸੂਈ ਮਾਰਨ ਲੱਗ ਗਿਆ ਵੱਟ ਵਾਲਾ ਕੰਮ ਇੱਥੇ ਉਂਝ ਨਹੀਂ ਹੁੰਦਾ ਮਸਲਾ ਹੁੰਦਾ ਐਂ ਵੱਟੇ ਬਣ ਜਾਂਦੇ ਨੇ ਵੱਡੇ ਵੱਡੇ ਵੱਟ ਦੀ ਕੋਸ਼ਿਸ਼ ਕੀਤੀ ਏ ਲੇਕਿਨ ਨਹੀਂ ਕੰਮ ਮਿਲਿਆ ਉੱਪਰਲੇ ਵਾਲੇ ਇੱਕੜ ਵਿੱਚ ਫਿਰ ਵੀ ਕੁਝ ਵਟ ਠੀਕ ਹੋ ਗਈ ਸੀ ਲੇਕਿਨ ਫਿਰ ਵੀ ਚਲੋ ਉਹ ਨਹੀਂ ਹੁੰਦੀ ਤੇ ਅਸਾਂ ਜਿਹੜਾ ਉਹਨਾ ਕੰਮ ਕਰ ਛੜਿਆ ਪਾਣੀ ਲਾਇਆ ਲਾ ਕੇ ਛੱਟਾ ਮਾਰ ਛੜਿਆ ਬੀਂ ਦਾ ਅਲਹਮਦੁਲਿਲਾ ਸੂਈ ਵਾਲੇ ਪਾਸੇ ਆ ਗਿਆ ਸੂਈ ਪੇ ਮਾਰਦਾ ਤੇ ਲੈ ਕਿ ਡੀਪੀ ਢੋਕ ਦਿੱਤੀ ਹੁਣ ਉੱਤੇ ਕੁਝ ਇਹ ਵਾਲੇ 2 ਏਕੜ ਕਰ ਲੋ ਤੇ ਅੱਗੇ ਵੀ 3 4 4 ਏਕੜ ਜਿਹੜੇ ਨੇ 4 5 ਏਕੜ ਬਹੁਤ ਹੀ ਤਾਕਤ ਵਾਲੀ ਜ਼ਮੀਨ ਹੁੰਦੀ ਹੈ एक तो उंज छह महीने खाली पई रही दी है दूसरा बारिश होती है सारा पानी इतना कड होता कट्ठा होता तेज बाकी ख्याल रखे अजिट कराने जो तो फसल क्डी रूटीन भी चलती है फिर उस तू तो बद मिला इंशाला कुछ दिन पंजाब क्योंकि मैं हूँ पंजाब वाले जाना है थोड़ा जहा कुछ दिन वे ਪੰਜਾਬ ਇਨਸ਼ਾਅੱਲਾ ਮੁਲਾਕਾਤ ਹੋਏ ਦੀ ਵੀਡੀਓ ਜੀ ਅੱਗੇ ਤੇ ਵੀਡੀਓ ਬਣਦੀਆਂ ਵੀ ਨਹੀਂ ਸੰਭਿਆ ਵੰਦੇ ਪਏ ਵਟ ਕੀਤੀ ਸੀ ਇਹ ਕੁਝ ਵਟ ਜੰਮ ਗਈ ਸੀ ਸਹੀ ਉਹ ਦੜਾ ਉੱਥੇ ਵੀ ਚੰਗਾ ਜਿਹਾ ਜੰਮ ਗਿਆ ਪਿੱਛੇ ਤੇ ਇੱਥੇ ਫਿਰ ਅੱਗੂ ਵੀ ਸ਼ਟਕੇ ਜਿਹੜਾ ਨਾ ਸੌਰੀ ਪਾਣੀ ਲਾ ਕੇ ਤੇ ਛੱਟਾ ਕੀਤਾ ਹੈ 2 ਏਕੜ ਕਣਕ ਆ ਬੇ ਇਹ ਬਾਕੀ ਹੁਣ ਥੱਲੇ ਇਨਸ਼ਾਅੱਲਾ ਬਿਹਤਰੀਨ ਜੰਮਦੀ ਆਉਂਦੀ ਹੈ ਤੇ ਉਸ ਤੋਂ ਬਾਅਦ ਅੱਗੇ ਜਿਹੜਾ ਤੁਹਾਨੂੰ ਵਖਾਨੇ ਆ ਕੀ ਗੱਡੇ ਲੋ ਜਨਾਬ 2 ਏਕੜ ਤੋਂ ਬਾਅਦ ਅੱਗੇ ਆ ਗਿਆ ਜਨਾਬ ਤੂਰੀਆ ਹੈ ਜਾਟ ਥੋੜੀ ਜਿਹੀ ਰਹਿ ਗਈ ਸੀ ਇਹ ਫਿਰ ਪਿੱਛੇ ਇਸ ਵਾਰੀ ਦੇ ਉੱਤੇ ਜਿਹੜਾ ਦੂਜਾ ਪਾਣੀ ਦਿੱਤਾ ਤੇ ਉੱਤੇ ਥੋੜਾ ਜਿਹਾ ਛੱਟ ਦਿੱਤਾ ਸੀ ਪਿੱਛੇ ਅੱਛਾ ਐ ਯਾਰ ਥੋੜਾ ਸਗਣਾ ਸਟੀਵਾ ਉਹਦੀ ਵਜ੍ਹਾ ਤੋਂ ਥੋੜੀ ਜਿਹੀ ਗੜਬੜ ਕਰਦਾ ਪੈ ਲੇਕਿਨ ਇੱਕ ਇਹ ਜਿਹੜੀ ਗੜਬੜ ਨਾਲ ਇੱਕ ਹੋਰ ਮੌਸਮ ਸਖਤ ਸੀ ਗਰਮੀ ਮਤਲਬ ਕਾੜਾ ਹੀ ਪੈ ਰਿਆ ਸੀ ਸਰਦੀ ਵਾਲਾ ਕੰਮ ਨਹੀਂ ਸੀ ਤੇ ਤੂਰੀ ਸਾਰਿਆਂ ਦੀ ਖਰਾਬ ਹੋ ਗਈ ਨਾ ਬਹੁਤ ਘਟ ਇੱਕ ਦੋ ਪਾਸੇ ਮੈਂ ਵੇਖਿਆ ਨਾ ਕਿ ਤੂਰੀ ਤੂਰੀਓ ਬਚਿਆ ਇਹ ਉਹ ਤਾਂ ਮਾਮੂਹ ਰੰਦਾ ਤੂਰੀਆ ਉਹ ਵਟ ਕੀਤੇ ਸੀ ਉਹਨਾਂ ਤੇ ਉਹ ਬਲਾ ਹੋ ਗਿਆ ਚੰਗਾ ਬਿਲਕੁਲ ਹੋ ਗਿਆ ਤੇ ਆਬਣਾ ਇਹ ਅੱਧਰ ਤੇ ਮੈਂ ਗੱਡਿਆ ਸੀ ਉਹ ਪਰਲਾ 1.5 ਏਕੜ ਗੜਨਾ ਸੀ ਤੇ ਉਹਦੇ ਤੋਂ ਪਾਣੀ ਵਾਦ ਲਿਓ ਹੋ ਗਿਆ ਤੇ ਮੈਂ ਆਖਿਆ ਚਲੋ ਹੁਣ ਜ਼ਮੀਨ ਤਿਆਰ ਹੈ ਗੋਣ ਕੀ ਗੜਨਾ ਇੱਥੇ ਕਣਕ ਦਾ ਟਾਈਮ ਹੈ ਕੋਈ ਨਹੀਂ ਤੇ ਇਹ ਵੀ ਠੋਕ ਦੇਈ ਆ ਉਸ ਟਾਈਮ ਮੇ ਲਾਇਆ ਸੀ ਲੇਕਿਨ ਇਹ ਮੈਨੂੰ ਨਾ ਥੋੜਾ ਜਿਹਾ ਮਜ਼ਾ ਨਹੀਂ ਕੀਤਾ ਇਸ ਕਿਉਂਕਿ ਸਰਦੀ ਪਈ ਕੋਈ ਨਹੀਂ ਉਤੋਂ ਫੋਰਨ ਕਾੜੇ ਪਏ ਨੇ ਕਾੜਿਆ ਕੁੱਟਛੜਿਆ ਤੂਰੀਆ ਦਾ ਥੋੜਾ ਜਿਹਾ ਮੂਡ ਖਰਾਬ ਹੋਇਆ ਤੇ ਲੇਕਿਨ 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 ਆ ਵੇਖੋ ਹੁਣ ਇਹ ਡੇ ਡੱਕੜ ਦੇ ਵਿੱਚ ਅਲਹਮਦੁਲਿਲਾ ਤੂਰੀਆ ਬਲਾ ਚੱਲ ਰਿਹਾ ਇਹਦੇ ਵਿੱਚ ਹੁਣ ਫਾਟ ਫਾਟ ਕੇ ਅੱਲਾ ਖਿਆਲ ਰੱਖੇ ਇਨਸ਼ਾ ਅੱਲਾ ਨਾਲੇ ਇਹਨੂੰ ਡੇ ਡੱਕੜ ਨੂੰ ਖਾਦ ਦਿੱਤੀ ਹੈ ਲਗਾਣੇ ਦੇ ਉੱਤੇ ਵਾਰੀ ਦੇ ਉੱਤੇ ਇਹ ਜਿਹੜੀ ਪਿਛਲੀ ਗੁਜ਼ਰੀ ਇੱਕ ਪਿਛਲੀ ਗੁਜ਼ਰੀ ਉਸ ਤੋਂ ਪਿਛਲੀ ਤੇ ਇਹਨੂੰ ਜਨਾਬ ਇਹ ਕਿ ਜ਼ਰਖੇਜ਼ ਪਲੱਸ ਪਲੱਸ ਵਿੱਚ ਅੱਧਾ ਗੱਟੂ ਯੂਰੀਆ ਪਾ ਕੇ ਠੋਕਿਆ ਕਿ ਇਹ ਬੰਨੀ ਪਹਿਲੇ ਹੀ ਜ਼ਮੀਨ ਬਹੁਤ ਤਾਕਤ ਵਾਲੀ ਹੈ ਲੇਕਿਨ ਫਿਰ ਵੀ ਜਿਹੜਾ ਮਾ ਕਸਰ ਨਰਾਵੇ ਇੱਕ ਵਾਰੀ ਇਹ ਤਾਂ ਪੂਰਾ ਕਰੀ ਹੈ ਨਾ ਜ਼ਰਖੇਤ ਪਲੱਸ ਦਾ 1 ਗੱਟੂ ਪਲੱਸ 1 ਯੂਰੀਆ ਅੱਧਾ ਗੱਟੂ ਇਹ ਦੇ ਦੇ ਤਾਂ ਦੇਣਾ ਹੋਰ ਸੀ ਪਲੈਨਿੰਗ ਹੋਰ ਸੀ ਲੇਕਿਨ ਜ਼ਮੀਨ ਦੇ ਸਾਹਬ ਨਾਲ ਸਿਚੁਏਸ਼ਨ ਤੇ ਮੌਲ ਤੇ এনवायरमेंट ਦੇ ਸਾਹਬ ਨਾਲ ਥੋੜੀ ਜਿਹੀ ਚੇਂਜਿੰਗ ਕਰਨੀ ਪਈ ਤੇ ਹੁਣ ਅੱਲਾ ਖੈਰ ਰੱਖੇ ਤੁਹਾਨੂੰ ਨਜ਼ਰ ਆ ਰਿਹਾ ਮਾਸ਼ਾਅੱਲਾ ਹੁਣ ਤੂਰੀਆ ਜਿਹੜਾ ਨਾ ਯੈਸ 2 ਹੋ ਗਿਆ ਤੇ ਇਹ ਡੇ ਡੱਕੜ ਜਿਹੜਾ ਜੇ ਤੂਰੀਆ ਕੀਤਾ ਤੇ ਅੱਲਾ ਪਾਖ ਖੈਰ ਰੱਖੇ ਇਸ ਵਾਰੀ ਹੁਣ ਬਾਕੀ ਆਵਾਂ ਤੇ ਇੱਕ ਵਾਰੀ ਤੂਰੀਏ ਤੂੰ ਜਾਂਦੀ ਰਹੀ ਹੈ ਪਹਿਲਾਂ ਤੇ ਉਹਨਾਂ ਜ਼ਿਆਦਾਤਰ ਆਵਾਂ ਗੱਡੇ ਹੀ ਕੋਈ ਨਹੀਂ ਹੈ ਤੇ ਜਿਨ੍ਹਾਂ ਗੱਡੇ ਆ ਉਹਨਾਂ ਦਾ ਸਹੀ ਤਰ੍ਹਾਂ ਹੋਇਆ ਕੋਈ ਨਹੀਂ ਹੈ ਕਿਉਂਕਿ ਮੈਨੂੰ ਵੀ ਹੈ ਮੈਨੂੰ ਆਪ ਨੂੰ ਪਤਾ ਹੈ ਵੇਖੋ ਨਾ ਇੱਥੇ ਆ ਇੱਥੇ ਤੂਰੀਏ ਕਮਜ਼ੋਰ ਹੈ ਇਹ ਮੌਸਮ ਵੀ ਸੁਰਤ ਹਾਲ ਦੀ ਵਜ੍ਹਾ ਤੂੰ ਥੋੜਾ ਜਿਹਾ ਹੈ ਲੇਕਿਨ ਹੁਣ ਅੱਲਾ ਖੈਰ ਰੱਖੇ ਸਰਦੀ ਪਾਣੀ ਸ਼ੁਰੂ ਹੋ ਗਈ ਹੁਣ ਇਨਸ਼ਾਅੱਲਾ ਉਮੀਦ ਹੈ ਜਿਹੜਾ ਕਵਰ ਕਰ ਜਾਏਦਾ ਹੈ ਸਾਰਾ ਕਿਉਂਕਿ ਮੈਨੂੰ ਜਿਹੜੀ ਹੈ ਸੁਰਤ ਹਾਲ ਨਜ਼ਰ ਆ ਰਹੀ ਹੈ ਨਾ ਇਹ ਵੇਖੋ ਹੌਂ ਤੂਰੀਆ ਦਾ ਬੂਟਾ ਜਿਹੜਾ ਨਾ ਉਹ ਪੂਰਾ ਸਹੀ ਤਰੀਕੇ ਨਾਲ ਬਣਨ ਲੱਗ ਪਿਆ ਲੋ ਜੀ ਇਸ ਤੋਂ ਬਾਅਦ ਆ ਜਾਂਦੀ ਹੈ ਜਨਾਬ ਐ ਵੀ 1.5 ਏਕੜ ਕਨਕ ਅਕਬਰ 19 ਉਹ ਪਿਛੇ 2 ਏਕੜ ਜਿਹੜੀ ਹੈ ਉਹਦੇ ਵਿੱਚ ਅੱਧੜ ਜੇ 1 ਏਕੜ ਜਿਹੜਾ ਉਹ ਅਕਬਰ 19 ਦੇ ਤੇ ਬਾਕੀ ਜਿਹੜੀ ਜੇ ਉਹ ਫਖਰ ਸੀ ਫਖਰ ਬੱਕਰ ਹੈ ਮੇਰੇ ਖਿਆਲ ਨਾਲ ਇਹ ਬੱਕਰ ਬੱਕਰ ਹੈ ਘਰ ਦਾ ਵੀ ਸੀ ਪੁਰਾਣਾ बड़ा अच्छा चलता आ रहा तेज एक बार उत्थे हो माशा अलहमदुल्ला जमाओ बहुत बेहतरीन हो बहुत बेहतरीन हो दिल खुश हो गया अलहमदुल्ला अल्लाह पाक जोड़ा ना वो अच्छा रिजक दे और हलाल रिजकता फरमाए तो अपना जड़ा ख्याल रखे तो ऐ दुआ सा वास्तव भी की करो जनाब अलहमदुल्ला शुक्र अल्लाह पाक कणक जी हूँ ए वाली तो बेहतरीन हो गई हूँ ऐ 4-3-4 ਦਿਨ ਬਾਅਦ ਫਿਰ ਵਾਰੀ ਹੈ ਇਸ ਵਾਰੀ ਦੇ ਉੱਤੇ ਜਿਹੜਾ ਇਨਸ਼ਾਅੱਲਾਹ ਅੱਲਾ ਦੇ ਹੁਕਮ ਨਾਲ ਇਹਨੂੰ ਪਾਣੀ ਦੇ ਕੇ ਉੱਤੇ ਇੱਕ ਗੱਟੂ ਗੱਟੂ ਯੂਰੀਆ ਦਾ ਦੇ ਆਂਦੇ ਥੱਲੇ ਡੀਪੀ ਹੈ ਤੁਸੀਂ ਜ਼ਮੀਨ ਦਾ ਰੰਗ ਵੇਖ ਸਕਦੇ ਹੋ ਡੀਪੀ ਥੱਲੇ ਜਿਹੜਾ ਕੁਲਿਆ ਤੇ ਹੁਣ ਜ਼ਮੀਨ ਦਾ ਰੰਗ ਵੀ ਦੱਸਦਾ ਪਿਆ ਅੱਛਾ ਇਹ ਹੋ ਗਿਆ ਉੱਤੇ ਯੂਰੀਆ ਦਿੰਨੇ ਆ ਇਨਸ਼ਾਅੱਲਾ ਤੇ ਬੂਟਾ ਮਾਰ ਆਵੇ ਦੀ ਅੱਲਾ ਖੈਰ ਰੱਖੇ ਸਗੋ ਇਹ ਥੋੜੀ ਲੇਟ ਕੀਤੀ ਹੈ ਲੇਕਿਨ ਇਹ ਲੇਟ ਦਾ ਫਾਇਦਾ ਹੋ ਗਿਆ ਕਿ ਜਮਾ ਬਹੁਤ ਅੱਛਾ ਹੋਇਆ ਤੇ ਦੂਸਰਾ ਸਰਦੀ ਪਈ ਹੁਣ ਬੂਟਾ ਵੀ ਚੰਗਾ ਟਿਕਾ ਕੇ ਮਾਰੇ ਦੀ ਅਕਬਰ 19 ਦਾ ਯਾਰ ਇੱਕ ਹੋਰ ਬੜਾ ਪੁਆਇੰਟ ਹੈ ਬਹੁਤ ਜ਼ਿਆਦਾ ਕਾਸ਼ਤ ਹੋ ਰਹੀ ਹੈ ਇਸ ਵਾਰ ਵੀ ਤੇ ਇਹਦਾ ਪੁਆਇੰਟ ਹੈ ਕਿ ਅਗਰ ਤੁਸੀਂ ਥੱਲੇ ਡੀ ਜੀ ਪੀ ਦੇ ਦਿਓ ਇੱਕ ਲੇਕਿਨ ਅਗਰ ਨਹੀਂ ਦੇ ਪਾਏ ਤਾਂ ਫਿਰ ਇੰਜ ਕਰੋ ਇਧਰ ਲਗਾਣ ਦੇ ਉੱਤੇ ਜਿਹੜਾ ਨਾ ਜਿਹੜਾ ਪਹਿਲਾ ਪਾਣੀ ਜਿੰਨੂੰ ਕਹਿੰਦੇ ਆ ਉਦੇ ਉੱਤੇ ਇੱਕ 2 ਗੱਟੂ ਨਾਈਟਰੋਫਾਸਟ ਪਲੱਸ ਅੱਧਾ ਗੱਟੂ ਯੂਰੀਆ ਫਿਰ ਬੂਟਾ ਮਾਰੇਗੀ ਪਟਾਕੇ ਨਹੀਂ ਤੇ ਥੱਲੇ ਡੀਪੀ 1 ਗੱਟੂ ਤੇ ਉੱਤੇ ਲਗਾਣੇ ਤੇ ਇੱਕ ਗੱਟੂ ਯੂਰੀਆ ਦਾ ਮਾਣਾ ਬਸ ਯਸ 2 ਹੋ ਜਾਏਗੀ ਉਸ ਤੋਂ ਬਾਅਦ ਬੂਟਾ ਇੰਜ ਮਾਰੇਗੀ ਯਸ 2 ਕਰ ਦੇਗੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੇ ਉਸ ਤੋਂ ਬਾਅਦ ਅਗੂ ਫਿਰ ਜਿਹੜਾ ਜਸਟ ਹਮੇ ਥੋੜਾ ਜਿਹਾ ਰੂਟੀਨ ਚ ਆ ਜਾਏਗੀ ਤਕਰੀਬਨ 60 ਦਿਨ ਦੇ ਅੱਗੇ ਪਿੱਛੇ ਜਾਏਗੀ ਤੇ ਫਿਰ ਇਹਦੇ ਉੱਤੇ ਜਿਹੜਾ ਉਹ ਜ਼ਿੰਕ ਦਾ ਸਪਰੇ ਹੋ ਜਾਏ ਮਾਈਕਰੋ ਨਿਊਟ੍ਰੀਐਂਟ ਦਾ ਜ਼ਿੰਕ ਦਾ ਆਹ ਯਸ ਟੂ ਹੋ ਜਾਏਗਾ ਫਿਰ ਬਾਕੀ ਇਨਸ਼ਾਅੱਲਾ ਅੱਲਾ ਖਿਆਲ ਰੱਖੇ ਉਨੀ ਦੇਰ ਤੱਕ ਕੋਈ ਵੀ ਮੈਂ ਪੰਜਾਬੋਂ ਵਾਪਸ ਹੀ ਹੋ ਜਾਏਗੀ ਮੈਂ ਫਿਰ ਇਨਸ਼ਾਅੱਲਾ ਤੁਹਾਨੂੰ ਨਾਲ ਨਾਲ ਦੱਸਾਂਗਾ ਵੀ ਕੀ ਖਾਦ ਦਿੱਤੀ ਹੈ ਕੀ ਨਹੀਂ ਦਿੱਤੀ